ਸਵਾਗਤ ਜੀ ਤੁਹਾਡਾ ਸਾਰਿਆਂ ਦਾ ਹੀ ਸਾਗੂ ਐਜੂਕੇਸ਼ਨ ਦੇ ਵਿੱਚ। ਸਾਰਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਪ੍ਰਸ਼ਨ ਨੰਬਰ 45, ਪਾਕਿਸਤਾਨ ਮੇਲ ਨਾਵਲ ਕਿਸ ਦੀ ਰਚਨਾ ਹੈ? ਖੁਸ਼ਵੰਤ ਸਿੰਘ, ਦਲੀਪ ਕੌਰ ਟਿਵਾਣਾ, ਜਸਵੰਤ ਸਿੰਘ ਕੰਵਲ, ਅੰਮ੍ਰਿਤਾ ਪ੍ਰੀਤਮ। ਦੇਖੋ 45 ਨੰਬਰ ਪ੍ਰਸ਼ਨ ਸਾਡਾ, ਇੱਕ ਤੁਸੀਂ ਨਾਵਲ ਸੁਣਿਆ ਹੋਣਾ, ਟ੍ਰੇਨ ਟੂ ਪਾਕਿਸਤਾਨ, 1956 ਦੇ ਵਿੱਚ ਆਇਆ ਸੀ ਖੁਸ਼ਵੰਤ ਸਿੰਘ ਦਾ ਨਾਵਲ। ਇਹੀ ਨਾਵਲ ਹੈ ਪਾਕਿਸਤਾਨ ਮੇਲ, ਜਿਸ ਦਾ ਉੱਤਰ ਹੈ 1 ਨੰਬਰ, ਖੁਸ਼ਵੰਤ ਸਿੰਘ। ਇੱਕ ਸਾਡਾ ਪ੍ਰਸ਼ਨ ਨੰਬਰ ਦੇਖ ਲਵੋ 44, ਡਾਕਟਰ ਆਤਮਜੀਤ ਦੇ ਨਾਲ ਸੰਬੰਧਿਤ ਆਪਾਂ ਪਿਛਲੀ ਵੀਡੀਓ ਦੇ ਵਿੱਚ ਕੀਤਾ ਸੀ। ਡਾਕਟਰ ਆਤਮਜੀਤ ਨੂੰ 33 ਤਵੀ ਦਾ ਸੱਚ ਨਾਟਕ ਦੇ ਲਈ ਭਾਰਤੀ ਸਾਹਿਤ ਅਕੈਡਮੀ ਅਵਾਰਡ ਮਿਲਿਆ 2009 ਦੇ ਵਿੱਚ। ਪਿਛਲੀ ਵੀਡੀਓ ਦੇ ਵਿੱਚ ਆਪਾਂ ਕੀਤਾ ਸੀ ਕੈਮਲੂਪਸ ਦੀਆਂ ਮੱਛੀਆਂ। ਦੇਖਿਆ ਜਾਵੇ ਤਾਂ ਜੋ 9ਵੀਂ ਜਮਾਤ ਦੀ ਵੰਨਗੀ ਕਿਤਾਬ ਹੈ, ਇੱਕ ਤਾਂ ਹੁਣ ਵੱਡੇ ਆਕਾਰ ਵਾਲੀ ਕਿਤਾਬ ਆ ਰਹੀ ਹੈ, ਸਿਲੇਬਸ ਉਹੀ ਆ। 2 ਸਾਲ ਪਹਿਲਾਂ ਇੱਕ ਛੋਟੇ ਆਕਾਰ ਵਾਲੀ ਜਿਹੜੀ ਇਹ ਵੰਨਗੀ ਕਿਤਾਬ ਆਉਂਦੀ ਸੀ, ਉਸਦਾ ਪੇਜ ਨੰਬਰ 136 ਦੇਖੀਏ ਤਾਂ ਸਾਨੂੰ ਲਿਖਿਆ ਮਿਲਦਾ ਡਾਕਟਰ ਆਤਮਜੀਤ ਦੇ ਕੈਮਲੂਪਸ ਦੀਆਂ ਮੱਛੀਆਂ ਨੂੰ, ਨਾਟਕ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਵੱਲੋਂ ਪੁਰਸਕ੍ਰਿਤ ਕੀਤਾ ਗਿਆ। ਇਸ ਤੋਂ ਬਿਨਾਂ ਇਹਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਵੱਲੋਂ ਸ਼੍ਰੋਮਣੀ ਨਾਟਕਕਾਰ ਜਿਹੜਾ ਪੁਰਸਕਾਰ ਦਿੱਤਾ ਗਿਆ ਸੀ, ਅਤੇ ਸੰਗੀਤ ਨਾਟਕ ਅਕੈਡਮੀ ਜੋ ਦਿੱਲੀ ਹੈ ਉਹਨਾਂ ਨੇ ਰਾਸ਼ਟਰੀ ਪੁਰਸਕਾਰ ਦੇ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ। ਕੈਮਲੂਪਸ ਦੀਆਂ ਮੱਛੀਆਂ ਬਾਰੇ ਮੈਂ ਹੋਰ ਜਾਣਕਾਰੀ ਲੱਭਣ ਦੀ ਕੋਸ਼ਿਸ਼ ਕੀਤੀ, ਜ਼ਿਆਦਾ ਜਾਣਕਾਰੀ ਤਾਂ ਨਹੀਂ ਮਿਲਦੀ। ਉਸ ਨਾਟਕ ਬਾਰੇ ਜਾਣਕਾਰੀ ਮਿਲਦੀ ਹੈ ਜਾਂ ਉਸਦੀ ਆਲੋਚਨਾ ਮਿਲਦੀ ਆ। ਕੈਮਲੂਪਸ ਦੀਆਂ ਮੱਛੀਆਂ ਬਾਰੇ ਇਹ ਜਾਣਕਾਰੀ ਆਪਾਂ ਨੂੰ ਮਿਲਦੀ ਆ ਕਿ ਮੱਛੀਆਂ ਸਮੁੰਦਰ ਦੇ ਵਿੱਚ 2-3 ਸਾਲ ਰਹਿੰਦੀਆਂ, ਇਸ ਤੋਂ ਬਾਅਦ ਆਪਣੇ ਆਂਡੇ ਦੇਣ ਦੇ ਲਈ, ਬੱਚੇ ਦੇਣ ਦੇ ਲਈ ਉਸੇ ਨਦੀ ਵਿੱਚ ਆਉਂਦੀਆਂ ਜਿੱਥੋਂ ਉਹ ਪੈਦਾ ਹੋਈਆਂ, ਅਤੇ ਉੱਥੇ ਹੀ ਮਰ ਜਾਂਦੀਆਂ। ਜਿਵੇਂ ਵਿਦੇਸ਼ਾਂ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਨਾਲ ਸੰਬੰਧਿਤ ਆ ਕਿ ਉਹ ਵੀ ਆਪਣੇ ਪੰਜਾਬ ਵਿੱਚ ਆ ਕੇ ਹੀ ਮਰਨਾ ਚਾਹੁੰਦੇ ਆ। ਆਲੋਚਨਾ ਵੀ ਮਿਲਦੀ ਆ ਇਸ ਦੇ ਉੱਪਰ, ਕੈਮਲੂਪਸ ਦੇ ਨਾਲ ਸੰਬੰਧਿਤ ਵੀ ਮਿਲਦੀ ਆ ਆਲੋਚਨਾ ਕਿ ਇੰਨੇ ਤਾਂ ਪੰਜਾਬੀ ਹੈ ਹੀ ਨਹੀਂ, ਠੀਕ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਮਸਲਾ ਬਣ ਗਿਆ ਹੋਵੇ। ਇਸ ਤੋਂ ਬਿਨਾਂ ਲੋਕ ਵੀ ਆ ਜਿਹੜੇ ਉਹ ਮਰਨਾ ਚਾਹੁੰਦੇ ਹਨ, ਪਰ ਮੱਛੀਆਂ ਆਪਣੀ ਆਂਡੇ ਦੇਣੀਆਂ ਉਹ ਆਪਣੀ ਔਲਾਦ ਦੀ ਖਾਤਰ ਕਰ ਰਹੀਆਂ, ਤਾਂ ਸਾਡੇ ਲੋਕ ਤਾਂ ਔਲਾਦ ਨੂੰ ਉੱਥੇ ਹੀ ਭੇਜਣਾ ਚਾਹੁੰਦੇ ਆ, ਉੱਥੇ ਹੀ ਖੁਸ਼ ਆ ਭੇਜ ਕੇ। ਇਸ ਤਰੀਕੇ ਨਾਲ ਇਸਦੀ ਆਲੋਚਨਾ ਵੀ ਮਿਲਦੀ ਆ ਨਾਟਕ ਦੀ, ਠੀਕ ਹੈ। ਪਰ ਫਿਰ ਵੀ ਆਲੋਚਨਾ ਕਰਨੀ ਚਲੋ ਸੌਖੀ ਹੁੰਦੀ ਆ, ਕੋਈ ਸਿਰਜਣਾ ਕਰਨੀ ਔਖੀ ਹੁੰਦੀ ਆ। ਤੁਹਾਨੂੰ ਕੋਈ ਚੀਜ਼ ਕਹਿ ਦਿੱਤਾ ਜਾਵੇ ਬਣਾਉਣ ਦੀ ਖਾਤਰ, ਕੋਈ ਵੀ ਇਨਸਾਨ ਤਿਆਰ ਨਹੀਂ ਹੋਵੇਗਾ। ਜਦੋਂ ਤੁਸੀਂ ਚੀਜ਼ ਬਣਾ ਕੇ ਤਿਆਰ ਕਰ ਦੇਵੋਗੇ ਫਿਰ ਕਹਿਣਗੇ ਜੇ ਇਸ ਤਰ੍ਹਾਂ ਹੋ ਜਾਂਦਾ ਜਾਂ ਇਸ ਤਰ੍ਹਾਂ ਹੋ ਜਾਂਦਾ। ਆਲੋਚਨਾ ਵੈਸੇ ਚੰਗੀ ਆਲੋਚਨਾ ਵੀ ਕਿਹੜਾ ਸੌਖੀ ਨਹੀਂ, ਪਰ ਚੰਗੀ ਆਲੋਚਨਾ ਵਾਲੇ ਲੋਕ ਘੱਟ ਆ ਅੱਜ ਕੱਲ੍ਹ। ਡਾਕਟਰ ਆਤਮਜੀਤ ਦੇ ਨਾਲ ਸੰਬੰਧਿਤ ਜਿਹੜੀ ਇਹ ਜਾਣਕਾਰੀ ਮਿਲਦੀ ਆ ਕੈਮਲੂਪਸ ਦੀਆਂ ਮੱਛੀਆਂ, ਇਸ ਨੂੰ ਅਵਾਰਡ ਜ਼ਰੂਰ ਕੋਈ ਹੋਰ ਮਿਲਿਆ ਹੋਵੇਗਾ, ਜ਼ਰੂਰ ਲਿਖਣ ਦੇ ਵਿੱਚ ਗਲਤੀ ਹੋ ਸਕਦੀ ਆ ਕਿ ਸਾਹਿਤ ਅਕੈਡਮੀ ਕੋਈ ਹੋਰ ਹੋਵੇ, ਠੀਕ ਹੈ। ਧਿਆਨ ਵਿੱਚ ਰੱਖਣਾ ਤੁਸੀਂ 33 ਤਵੀ ਦਾ ਸੱਚ ਆ ਜਿਹੜਾ, ਇਸਨੂੰ 2000 ਸਮਾਂ ਯਾਦ ਰੱਖਣਾ, 9 ਦੇ ਵਿੱਚ ਜਿਹੜਾ ਇਹ ਅਵਾਰਡ ਮਿਲਿਆ ਸੀ। ਬਸ ਤੁਸੀਂ ਹੋਰ ਯਾਦ ਰੱਖਣਾ ਡਾਕਟਰ ਆਤਮਜੀਤ ਦੇ ਬਾਰੇ ਤਾਂ ਯਾਦ ਰੱਖਣਾ ਕਿ ਕੈਮਲੂਪਸ ਦੀਆਂ ਮੱਛੀਆਂ ਇਹਨਾਂ ਦਾ ਨਾਟਕ ਹੈ। ਇਸ ਤੋਂ ਬਿਨਾਂ ਇਹਨਾਂ ਦੇ ਲਘੂ ਨਾਟਕ ਵੀ ਮਿਲਦੇ ਆ, ਇੱਕ ਚਾਬੀਆਂ ਅਤੇ ਇੱਕ ਨਾਟਕ ਨਾਟਕ ਨਾਟਕ, ਠੀਕ ਹੈ, ਉਸਦਾ ਨਾਮ ਹੈ। 3 ਵਾਰ ਇਹ ਲਘੂ ਨਾਟਕਾਂ ਵਿੱਚ ਆ ਜਾਂਦੇ। ਇਸ ਤੋਂ ਬਿਨਾਂ ਇਹਨਾਂ ਦੇ ਹੋਰ ਵੀ ਨਾਟਕ ਮਿਲਦੇ ਆ ਆਪਾਂ ਨੂੰ, ਕਬਰਸਤਾਨ, ਰਿਸ਼ਤਿਆਂ ਦਾ ਕੀ ਰੱਖੀਏ ਨਾਮ, ਸ਼ਹਿਰ ਬਿਮਾਰ ਹੈ, ਮੈਂ ਤਾਂ ਇੱਕ ਸਾਰੰਗੀ ਹਾਂ, ਅਤੇ ਮੰਗੂ ਕਾਮਰੇਡ। ਇਹ ਜਿਹੜੇ ਨਾਟਕ ਹੈ ਆਤਮਜੀਤ ਦੇ ਨਾਲ ਸੰਬੰਧਿਤ ਹੈ। ਇਸ ਤੋਂ ਬਾਅਦ ਆ ਜਾਂਦਾ ਪ੍ਰਸ਼ਨ ਨੰਬਰ ਸਾਡਾ, ਬਸੰਤ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ? ਬਸੰਤ ਦਾ ਤਿਉਹਾਰ ਚੇਤ ਮਹੀਨੇ ਪੋ, ਮਾਘ ਜਾਂ ਹਾੜ੍ਹ ਦੇ ਵਿੱਚ ਮਨਾਇਆ ਜਾਂਦਾ ਹੈ। ਇਸਦਾ ਸਹੀ ਉੱਤਰ ਹੈ ਜੋ ਬਸੰਤ ਪੰਚਮੀ ਦਾ ਤਿਉਹਾਰ ਹੈ ਇਹ ਮਨਾਇਆ ਜਾਂਦਾ, ਉੱਤਰ ਨੰਬਰ 3, ਮਾਘ ਮਹੀਨੇ ਦੇ ਵਿੱਚ। ਰੱਖੜੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ? ਸਾਉਣ ਮਹੀਨੇ ਦੀ ਮੱਸਿਆ ਨੂੰ, ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ, ਚੇਤ ਮਹੀਨੇ ਵਿੱਚ ਜਾਂ ਫਿਰ ਭਾਦੋਂ ਦੇ ਮਹੀਨੇ ਵਿੱਚ। ਪ੍ਰਸ਼ਨ ਨੰਬਰ 47 ਦਾ ਸਾਡਾ ਸਹੀ ਉੱਤਰ ਹੈ, ਜੋ ਰੱਖੜੀ ਦਾ ਤਿਉਹਾਰ ਹੈ ਇਹ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ। 2 ਨੰਬਰ ਉੱਤਰ ਸੀ ਇਸਦਾ। ਸਾਡਾ ਚਿੜੀਆਂ ਦਾ ਚੰਬਾ ਵੀ ਬਾਬਲ ਅਸਾਂ ਉੱਡ ਜਾਣਾ ਸੰਬੰਧਿਤ ਹੈ। ਦੇਖੋ ਵੀ ਕੀ ਹੈ,
ਘੋੜੀ ਵਿਦਾਇਗੀ ਗੀਤ ਹੈ, ਤੀਆਂ ਨਾਲ ਸੰਬੰਧਿਤ ਹੈ ਜਾਂ ਫਿਰ ਸਿੱਠਣੀਆਂ ਨਾਲ ਸੰਬੰਧਿਤ ਹੈ। ਸਾਡਾ ਚਿੜੀਆਂ ਦਾ ਚੰਬਾ ਵੇ, ਇਸਦਾ ਸਹੀ ਉੱਤਰ ਹੈ 48 ਨੰਬਰ ਦਾ 2, ਵਿਦਾਇਗੀ ਗੀਤ ਹੈ ਚਿੜੀਆਂ ਦਾ ਚੰਬਾ ਵੇ। ਠੀਕ ਹੈ, ਜਦੋਂ ਲੜਕੀ ਨੂੰ ਤੋਰਿਆ ਜਾਂਦਾ ਹੈ। 49 ਨੰਬਰ, ਵਿਆਹੀ ਜਾਣ ਵਾਲੀ ਕੁੜੀ ਦੇ ਚੂੜਾ ਕੌਣ ਪਾਉਂਦਾ ਹੈ, ਸੱਸ ਪਾਉਂਦੀ ਆ, ਮਾਮਾ, ਮਾਂ ਜਾਂ ਫਿਰ ਦਾਦੀ। 49 ਨੰਬਰ ਦਾ ਸਹੀ ਉੱਤਰ ਹੈ 2 ਨੰਬਰ, ਮਾਮਾ ਪਾਉਂਦਾ ਵਿਆਹੀ ਜਾਣ ਵਾਲੀ ਕੁੜੀ ਦੇ ਚੂੜਾ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਸੰਬੰਧਿਤ ਹੈ ਬਾਬਾ ਨਾਮਦੇਵ, ਭਗਤ ਰਵਿਦਾਸ, ਗੁਰੂ ਨਾਨਕ ਦੇਵ ਜੀ, ਭਗਤ ਕਬੀਰ। 50 ਨੰਬਰ ਦਾ ਉੱਤਰ ਦੇਖੋ, ਇਸਦਾ ਸਹੀ ਉੱਤਰ ਹੈ 50 ਦਾ ਉੱਤਰ ਨੰਬਰ 4, ਭਗਤ ਕਬੀਰ ਦੀ ਬਾਣੀ ਆ ਅਵਲ ਅੱਲਾ ਨੂਰ ਉਪਾਇਆ। ਅੱਗੇ ਹੈ ਕੁਸ਼ਤੀ ਦਾ ਧਰੂ ਤਾਰਾ ਕਰਤਾਰ ਸਿੰਘ ਜੀਵਨੀ ਕਿਸ ਨੇ ਲਿਖੀ, ਖੁਸ਼ਵੰਤ ਸਿੰਘ ਨੇ, ਜਸਵੰਤ ਸਿੰਘ ਕੰਵਲ ਨੇ, ਵਰਿਆਮ ਸਿੰਘ ਸੰਧੂ ਨੇ ਜਾਂ ਫਿਰ ਨਾਨਕ ਸਿੰਘ ਨੇ। 51 ਨੰਬਰ ਦਾ ਉੱਤਰ ਦੇਖੋ ਕੀ ਹੈ, ਇਕਵੰਜਾ ਨੰਬਰ ਦਾ ਸਹੀ ਉੱਤਰ ਹੈ ਵਰਿਆਮ ਸੰਧੂ। 3 ਨੰਬਰ, ਵਰਿਆਮ ਸੰਧੂ ਨੇ ਲਿਖੀ ਹੈ ਜੀਵਨੀ। 52 ਨੰਬਰ ਦੇਖੋ, ਮਹਾਂਕਾਵਿ ਨਨਕਾਇਨ ਕਿਸ ਨਾਲ ਸੰਬੰਧਿਤ ਹੈ, ਬੇਬੇ ਨਾਨਕੀ, ਗੁਰੂ ਨਾਨਕ ਦੇਵ, ਮਹਾਤਮਾ ਬੁੱਧ, ਭਾਈ ਮਨੀ ਸਿੰਘ। 53 ਦੇ ਨਾਲ ਕਰਨਾ ਇਸ ਨੂੰ, ਉਹ ਨਾਵਲ ਆਪਣਾ ਮਹਾਂਕਾਵਿ ਉਹ ਅਲੱਗ ਹੈ, ਏਸ਼ੀਆ ਦਾ ਚਾਨਣ, ਇਹ ਨਨਕਾਇਨ ਹੈ, ਇਹ ਸੰਬੰਧਿਤ ਹੈ 2 ਨੰਬਰ, ਗੁਰੂ ਨਾਨਕ ਦੇਵ ਜੀ ਦੇ ਨਾਲ। 53 ਨੰਬਰ ਦੇਖੋ, ਸਾਂਝ ਕਹਾਣੀ ਲਿਖੀ ਹੈ ਵਰਿਆਮ ਸੰਧੂ ਨੇ, ਸੁਜਾਨ ਸਿੰਘ ਨੇ, ਗੁਰਦਿਆਲ ਸਿੰਘ ਨੇ, ਉਪਰੋਤਕ ਸਾਰੇ। 53 ਨੰਬਰ ਦਾ ਸਹੀ ਉੱਤਰ ਹੈ ਉੱਤਰ ਨੰਬਰ 4, ਸਾਰਿਆਂ ਨੇ ਹੀ ਸਾਂਝ ਕਹਾਣੀ ਲਿਖੀ ਹੈ, ਇਸ ਤੋਂ ਬਿਨਾਂ ਹੋਰ ਵੀ ਹੈ ਲੇਖਕ ਜਿਨ੍ਹਾਂ ਨੇ ਸਾਂਝ ਕਹਾਣੀ ਲਿਖੀ ਹੈ। ਦਲਦਲ ਕਹਾਣੀ ਸੰਗ੍ਰਹਿ, ਦਲਦਲ ਕਹਾਣੀ ਕਿਸ ਦੀ ਹੈ, ਵਰਿਆਮ ਸੰਧੂ, ਜਸਵੰਤ ਸਿੰਘ ਕੰਵਲ, ਨਾਨਕ ਸਿੰਘ, ਨਵਤੇਜ ਸਿੰਘ। ਦਲਦਲ ਕਹਾਣੀ ਸੰਗ੍ਰਹਿ ਕਿਸ ਦਾ, ਇਸ ਤਰ੍ਹਾਂ ਵੀ ਆ ਸਕਦਾ ਪ੍ਰਸ਼ਨ। 53 ਕਹਾਣੀ ਹੈ ਜੋ, ਇਸਦਾ ਉੱਤਰ ਨੰਬਰ ਹੈ 1, ਵਰਿਆਮ ਸੰਧੂ। ਇਹ ਜੋ ਦਲਦਲ ਕਹਾਣੀ ਸੰਗ੍ਰਹਿ ਹੈ, ਨੀਚੇ ਪੜ੍ਹ ਲੈਣਾ, ਪਾਕਿਸਤਾਨ ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀ, ਸ਼ਾਹਮੁਖੀ ਪੰਜਾਬੀ ਭਾਸ਼ਾ ਲਿਪੀ ਸ਼ਾਹਮੁਖੀ ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀ, ਵਰਿਆਮ ਸੰਧੂ ਦਾ ਕਹਾਣੀ ਸੰਗ੍ਰਹਿ ਦਲਦਲ। ਉੱਲੂ ਦਾ ਲਿੰਗ ਬਦਲੋ, ਬਤੌਰੀ, ਉੱਲਣੀ, ਕੋਕੋ, ਬਟੇਰੀ। 55 ਨੰਬਰ ਦਾ ਸਹੀ ਉੱਤਰ ਹੈ, ਤੁਸੀਂ ਸੁਣਿਆ ਹੀ ਹੋਣਾ ਕਿ ਕਿਵੇਂ ਉੱਲੂ ਵਾਂਗੂ ਝਾਕੀ ਜਾਂਦਾ ਜਾਂ ਕਿਵੇਂ ਬਤੌਰੀ ਵਾਂਗ ਝਾਕਦਾ, ਇਹ ਆਪਸ ਮੇਂ ਹੀ ਸੰਬੰਧਿਤ ਹੈ। ਉੱਤਰ ਨੰਬਰ ਸਾਡਾ ਬਤੌਰੀ। ਵਾਕ ਦੇ ਵਿੱਚ ਸੰਬੰਧਕ ਵਿਚਰਦੇ ਹਨ, ਕਿਰਿਆ ਤੋਂ ਬਾਅਦ ਵਿੱਚ, ਨਾਮ ਜਾਂ ਪੜਨਾਮ ਤੋਂ ਬਾਅਦ ਪਹਿਲਾਂ, ਨਾਮ ਜਾਂ ਪੜਨਾਮ ਸ਼ਬਦ ਤੋਂ ਪਿੱਛੋਂ। 4 ਨੰਬਰ, ਵਾਕ ਵਿੱਚ ਕਿਧਰੇ ਵੀ। 'ਵਾਕ ਦੇ ਵਿੱਚ ਜਿਹੜੇ ਸੰਬੰਧਕ ਹੈ ਇਹ ਵਿਚਰਦੇ ਹਨ ਨਾਮ ਜਾਂ ਪੜਨਾਮ ਸ਼ਬਦਾਂ ਤੋਂ ਉੱਤਰ ਨੰਬਰ 3 ਪਿੱਛੋਂ। ਠੀਕ ਹੈ, ਨਾਮ ਜਾਂ ਪੜਨਾਮ ਤੋਂ ਬਾਅਦ ਦੇ ਵਿੱਚ ਆਉਂਦੇ ਆ, ਨੇ ਤੋਂ, ਉਸ ਨੇ, ਉਸ ਤੋਂ ਬਾਅਦ ਆਵੇਗਾ। ਠੀਕ ਹੈ, ਉਸ ਤੋਂ ਕਿਸੇ ਦਾ ਨਾਮ ਵੀ ਆ ਸਕਦਾ, ਠੀਕ ਹੈ, ਬਾਅਦ ਵਿੱਚ ਆਉਂਦੇ ਆ ਨਾਮ ਪੜਨਾਮ ਤੋਂ ਸੰਬੰਧਕ। 57 ਨੰਬਰ, ਮਹਾਂਕਾਵਿ ਨਨਕਾਇਨ
किसने लिखिया? भाई वीर सिंह का लिखा होया, प्रोफेसर मोहन सिंह, शिव कुमार, अमृता प्रीतम। ननकाइन महाकाव्य। देखो इसका उत्तर है जो महाकाव्य साडा ननकाइन है ये लिखिया उत्तर नंबर दो प्रोफेसर मोहन सिंह ने। 52 नंबर देखो नवा आदमी कहानी किसकी है? दुग्गल दिया सेखों नवतेज सिंह, 4 नंबर गुरबख्श सिंह, प्रीत लड़ी। खुद पढ़ लेना 52 नंबर का उत्तर। देखो नवा आदमी का जो कहानी है भी इसका लेखक है उत्तर नंबर साढ़ा एक करतार सिंह दुग्गल। 59 नंबर देखो पौना आदमी कहानी किसकी है? कुलवंत सिंह विरक, जगतार, करतार सिंह दुग्गल, प्रेम प्रकाश। पौना आदमी कहानी। 1 कुलवंत सिंह विरक, विरक की कहानी है पौना आदमी। अधूरा आदमी काव्य संग्रह, काव्य संग्रह किसका है? डॉक्टर जगतार, कुलवंत सिंह विरक, मोहन सिंह, शिव कुमार। इस तो बिना एक ओपरा आदमी भी है, ठीक है, वो काव्य संग्रह नहीं गा। तुसीं इसका उत्तर देखो अधूरा आदमी। 60 नंबर का उत्तर है उत्तर नंबर साढ़ा एक डॉक्टर जगतार। 61 नंबर देखो लोहे दे हाथ ते होर कहानियां कहानी संग्रह किसका है? वरियाम संधु, जसवंत सिंह कंवल, करतार सिंह दुग्गल, पाश। लोहे दे हाथ ते होर कहानियां ये संबंधित है साढ़ा उत्तर नंबर एक वरियाम संधु के नाल संबंधित। 61 नंबर तो बाद फिर आप एक किताब देख लीए। टैसट तो इतों तक ही सी। लोहे दे हाथ आप कहानी संग्रह बारे चर्चा की। यह है वरियाम सिंह संधु का कहानी संग्रह। कुछ एक कहानियां होर लेखक बारे तो हमें जानकारी मिल जाए इस करके आप इस किताब उपर थोड़ी जी झात मार रहे सी। लोहे दे हाथ कहानी संग्रह तुसीं याद किया, अंग संग तुहाडे याद है, भज्जियां बाही तुसीं जानदे हो वरियाम संधु का कहानी संग्रह है। चौथी कूट, चोणवियां कहानियां, जट दी जून, तिल फुल कहानी संग्रह भी इन्हां दा। इस तो बिना आपां इन्हां दी किताब की कुश्ती दा ध्रुव तारा, करतार सिंह उन्हां दी जीवनी लिखी इन्हां ने। इस तो बाद इन्हां ने कुछ किताबां दी संपादना भी की है, अंग्रेजी दे विच भी इन्हां दीआं किताबां अनुवाद हुई हैं। जिहड़ियां भी किताबां नूं कोई अवार्ड मिलदा खास करके भारतीय साहित्य अकैडमी अवार्ड मिलदा उस किताब के लिए इस तो भी एक वड्डा अवार्ड हुंदा कि उस किताब ने भारत दीआं होर भाषावां दे विच भी अनुवाद होकर छपना हुंदा, जो एक लेखक दे लई बहुत वड्डी माण दी गल हुंदी है। पर पंजाबी बारे कहा जांदा कि पंजाबी दीआं ज़्यादातर किताबां नूं होर भाषावां विच घट ही छापिया जांदा, एक तरह का कहा जांदा कि विकतरा किया जांदा, इस तरह की भी गल आउंदी है सामने। पर फिर भी बहुत सारे लेखकां दीआं जिहड़ियां किताबां होर भाषावां दे विच भी फिर अनुवाद हुंदियां। भारतीय साहित्य अकैडमी अवार्ड आ जिहड़ा वह भी फिर लेखक की किताब को प्रकाशित करवाउंदे होर भाषावां दे विच। एक आपां शाहमुखी दे विच कीती इन्हां दी दलदल कहानी संग्रह, ठीक है, ये पाकिस्तान दे वल्लों प्रकाशित की गई सी दलदल। हिंदी दे विच भी इन्हां दीआं जिहड़ियां किताबां भारतीय साहित्य अकैडमी है जो चौथी कूट आपां करदे आ, चौथी दिशा, ठीक है, ये भी इन्हां दीआं जिहड़ियां हिंदी दे विच अनुवाद हुई हुई किताब है। इस तो बाद इन्हां दा लोहे दे हाथ इहदे विच कहानियां आ जांदियां, काली धुप, नंगा सूरज, सांझ कहानी आपां कीती वरियाम संधु दी, पुछना, अखां विच मर गई खुशी, दुखांत दा सफर, राखा, अनोखा राही, ये याद रखना, जेब कतरे, लोहे दे हाथ। इस तो बिना होर भी कहानियां जिन्हां दे विच तुसीं चार सत्रां, चार अथरू ते 13 पुत किवें, इन्हां नूं ध्यान विच रखना। इस तो बाद देख लवो अगे वरियाम सिंह संधु अजोकी पंजाबी कहानी का अति सतिकारत कथाकार है। सिर्फ 35 कहानियां लिख के
उसने अपनी साहित्यक प्रतिभा का सिक्का मनवाया है। ये देखो किताब पुरानी है, ठीक है, इस करके लिखा होया 35 कहानियां। उसकी कहानी बहुत तंदी है, वडेरे कैनवस की धारनी है, आकार पक्षों लम्मी है ते टकोरवियां तनजा पक्षों पाठकों कीलन वाली है। इस तो बाद ध्यान देना पेंडू निमन किसानी दे, पेंडू निमन किसानी दे कठोर मुश्किलों भरे जीवन दियाँ पुठियां सीधियां परतां नूं इन्हां दे दुखां कलेशां ते झंझटां नूं इन्हां दी मंदहाली ते दुखांत नूं चित्रण विच वरियाम सिंह संधु असाधारण तिखी सूझ डूंघे मानवी लगाओ ते सुचज्जी प्रगतिवादी, लगाओ ते सुचज्जी प्रगतिवादी विचारधारा का प्रदर्शन करता है। उसकी कहानी सरल सपाट सिद्धड़ निरोल वेरवा मुखी नहीं हुंदी, वो समाज दे मनुख दे ठोस संकट प्रसंगा विच्चों इस दे भरपूर उतराओ ते चढ़ाओ नू परखदा, दोगलेपन ते कमीनगियां नू पकड़दा, मनुख होण दियां शामल बिरतियां ते सिदकां नू उभारदा, बड़े गूढ़ रहस उभारदा तुरिया जांदा है। यही कारण है कि उसकी लम्मी कहानी भी अकाऊ नहीं है। ऊपर पता लगेगा क्यों नहीं है, ठीक है, अकाऊ नहीं है, क्यों नहीं ऊपर आपां पढ़िया इस बारे। औखी नहीं है सगों संवेदनशील पाठक दे लई खिच दा कारण बनदी है। ठीक है जी, अज लई इन्ना ही, तुहाडा सारयां दा बहुत बहुत धन्यवाद।